ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਅੱਜ ਖਾਸ ਤੌਰ ਤੇ ਅਸੀਂ ਬਠਿੰਡਾ ਆਫਿਸ ਪਹੁੰਚੇ ਆਈ ਟੂ ਇਮੀਗ੍ਰੇਸ਼ਨ ਦੇ। ਬਹੁਤ ਸਾਰੇ ਵੀਜ਼ਾ ਜਿੱਥੇ ਅਪਰੂਵ ਹੋਏ ਸੀ ਜਿਨ੍ਹਾਂ ਨੂੰ ਮਿਲਣੇ ਸੀ, ਖਾਸ ਤੌਰ ਤੇ ਪਹੁੰਚੇ ਸੀ। ਲੋਕ ਕਹਿ ਰਹੇ ਸੀ ਜਿਵੇਂ ਵੱਖ ਵੱਖ ਮੰਚ 'ਤੇ ਕਿ ਇਨਵੀਟੇਸ਼ਨ ਦੇ ਆਧਾਰ 'ਤੇ ਵੀਜ਼ਾਜ਼ ਨਹੀਂ ਹੁੰਦੇ। ਸੋ ਸੋਚਿਆ ਕਿ ਇੱਕ ਵਾਰ ਖੁਦ ਚੱਲ ਕੇ ਵੇਖੀ ਉਹਨਾਂ ਲੋਕਾਂ ਨੂੰ ਮਿਲੀ ਹੈ ਜਿਨ੍ਹਾਂ ਦੇ ਇਨਵੀਟੇਸ਼ਨ ਦੇ ਆਧਾਰ 'ਤੇ ਵੀਜ਼ਾ ਅਪਲਾਈ ਕੀਤੇ ਔਰ ਵੀਜ਼ਾ ਹਾਸਲ ਕੀਤੇ ਉਹਨਾਂ ਨੇ। ਸੋ ਆਈ ਟੂ ਏ ਉਹ ਕੰਪਨੀ ਹੈ ਜਿਨ੍ਹਾਂ ਨੇ ਇਨਵੀਟੇਸ਼ਨ ਦੀ ਸ਼ੁਰੂਆਤ ਕੀਤੀ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਕੈਂਡੀਡੇਟ ਨੂੰ ਲੈ ਕੇ ਇਨਵੀਟੇਸ਼ਨ ਜਿਹੜੀਆਂ ਨੇ ਉਹ ਮੰਗਵਾਈਆਂ ਜਾ ਰਹੀਆਂ ਨੇ। ਕੈਂਡੀਡੇਟ ਹੈ ਕੀ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਕਿਉਂ ਪੰਜਾਬ ਦੇ ਲੋਕ ਕੈਨੇਡਾ ਡੇ ਵੇਖਣ ਲਈ ਕੈਨੇਡਾ ਜਾਂਦੇ ਨੇ, ਕਿੰਨੇ ਕੁ ਸਮੇਂ ਦਾ ਵੀਜ਼ਾ ਮਿਲਦਾ ਹੈ, ਇਹਨਾਂ ਤਮਾਮ ਗੱਲਾਂ 'ਤੇ ਚਰਚਾ ਕਰਾਂਗੇ ਆਈ ਟੂ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਈਸ਼ਪ੍ਰੀਤ ਸਿੰਘ ਜੀ ਦੇ ਨਾਲ। ਈਸ਼ਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੋ ਈਸ਼ਪ੍ਰੀਤ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਜਿਹੜੇ ਵੀਜ਼ਾਜ਼ ਅਪਰੂਵ ਹੋਏ ਨੇ ਹਾਲ ਹੀ ਵਿੱਚ, ਅਸੀਂ ਦੇਖਿਆ ਕਿ ਇਨਵੀਟੇਸ਼ਨ ਮੰਗਵਾਈਆਂ ਸੀ ਆਈ ਟੂ ਇਮੀਗ੍ਰੇਸ਼ਨ ਦੇ ਔਰ ਵੀਜ਼ਾਜ਼ ਆਏ ਜੀ। ਕੈਨੇਡਾ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਸ਼ੋਅ 'ਚ ਆਪਾਂ ਕੈਨੇਡਾ ਡੇ ਦੀ ਗੱਲ ਕੀਤੀ ਕਿ ਕੈਨੇਡਾ ਡੇ ਨੂੰ ਲੈ ਕੇ ਪੰਜਾਬ ਦੇ ਲੋਕ, ਪੰਜਾਬ ਦੇ ਐਪਲੀਕੈਂਟਸ ਜਿਹੜੇ ਆ ਕੈਨੇਡਾ ਜਾਣਾ ਚਾਹੁੰਦੇ ਸੀ, ਉਹ ਕੈਨੇਡਾ ਡੇ ਨੂੰ ਉਦਾਹਰਣ ਬਣਾ ਕੇ ਇਨਵੀਟੇਸ਼ਨ ਮੰਗਵਾ ਰਹੇ ਨੇ। ਸੋ ਕੀ ਮੰਨਦੇ ਹੋ, ਪੰਜਾਬ ਦੇ ਲੋਕਾਂ 'ਚ ਕਿੰਨਾ ਕੁ ਉਤਸ਼ਾਹ ਕੈਨੇਡਾ ਨੂੰ ਲੈ ਕੇ? ਦੇਖੋ ਮਨੀਸ਼ ਜੀ, ਇਹ ਸਾਡਾ ਪਹਿਲਾ ਸਾਲ ਨਹੀਂ ਹੈਗਾ, ਅਸੀਂ ਪਿਛਲੇ 4 ਸਾਲ ਤੋਂ ਕੈਨੇਡਾ ਡੇ ਨੂੰ ਪ੍ਰਮੋਟ ਕਰਦੇ ਆ ਰਹੇ ਹਾਂ ਅਤੇ ਬੜੀ ਹੀ ਭਾਰੀ ਮਾਤਰਾ 'ਚ ਸਕਸੈਸਫੁਲੀ ਆਪਾਂ ਬਹੁਤ ਜ਼ਿਆਦਾ ਵੀਜ਼ਾ ਗ੍ਰਾਂਟ ਕਰਵਾਏ ਨੇ ਅਤੇ ਇਸ ਸਾਲ ਵੀ ਅਸੀਂ ਉਸੇ ਹੀ ਜੋਸ਼ ਨਾਲ ਹਰ ਸਾਲ ਦੀ ਤਰ੍ਹਾਂ ਆਪਣਾ ਇਹੀ ਟਾਰਗੇਟ ਲੈ ਕੇ ਚੱਲ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਸੁਪਨੇ ਨੇ ਬਾਹਰ ਜਾਣ ਦਾ ਉਹਨਾਂ ਦਾ ਪੂਰਾ ਕਰ ਸਕੀਏ। ਕੈਨੇਡਾ ਡੇ ਤੋਂ ਭਾਵ ਇਹ ਹੈ ਕਿ ਜੇ ਮੈਂ ਸਿੰਪਲ ਵੇ 'ਚ ਕਹਾਂ ਕਿ ਕੈਨੇਡਾ ਡੇ ਮਤਲਬ ਜਿਵੇਂ ਆਪਾਂ ਇੰਡੀਆ 'ਚ 15 ਅਗਸਤ 26 ਜਨਵਰੀ ਨੂੰ ਸੈਲੀਬ੍ਰੇਟ ਕਰਦੇ ਹਾਂ, ਉਸੇ ਤਰੀਕੇ ਹੀ ਕੈਨੇਡਾ ਵਿੱਚ ਕੈਨੇਡਾ ਡੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਬਟ ਅਗਰ ਮੈਂ ਗੱਲ ਕਰਾਂ ਇੰਡੀਆ ਵਿੱਚ, ਅਗਰ ਜੋ ਆਪਾਂ 15 ਅਗਸਤ ਆ ਉਹ ਬਹੁਤ ਹੀ ਸਿੰਪਲ ਜਿਹਾ ਆਪਾਂ ਸੈਲੀਬ੍ਰੇਸ਼ਨ ਹੁੰਦਾ, ਪਰ ਕੈਨੇਡਾ ਡੇ 'ਚ ਇੱਦਾਂ ਨਹੀਂ। ਕੈਨੇਡਾ ਡੇ ਦੇ ਵਿੱਚ ਬਹੁਤ ਹੀ ਹਾਈ ਲੈਵਲ 'ਤੇ, ਬਹੁਤ ਵੱਡੇ ਪਲੇਟਫਾਰਮ 'ਤੇ, ਬਹੁਤ ਹੀ ਮੈਂ ਕਹਾਂਗਾ ਮਾਡਰਨ ਤਰੀਕੇ ਨਾਲ ਉੱਥੇ ਸੈਲੀਬ੍ਰੇਸ਼ਨ ਹੁੰਦੀ ਹੈ, ਜਿੱਥੇ ਲੱਖਾਂ ਦੇ ਤਾਦਾਦ 'ਤੇ ਟੂਰਿਸਟ ਆਉਂਦੇ ਨੇ, ਜਿਹਦੇ ਵਿੱਚ ਬਹੁਤ ਜ਼ਿਆਦਾ ਗੇਮਸ ਖੇਡੀਆਂ ਜਾਂਦੀਆਂ ਨੇ। ਸਾਡੇ ਪੰਜਾਬ ਤੋਂ ਬਹੁਤ ਅੱਛੇ ਕਲਾਕਾਰ ਸਿੰਗਰ ਉੱਥੇ ਜਾ ਕੇ ਆਪਣਾ ਗਾਇਕੀ ਦਾ ਪ੍ਰਦਰਸ਼ਨ ਕਰਦੇ ਨੇ। ਹੋਰਸ ਰਾਈਡਿੰਗ ਹੁੰਦੀ ਹੈ, ਸਕਾਈ ਰਾਈਡਿੰਗ ਹੁੰਦੀ ਹੈ, ਇਸ ਤੋਂ ਇਲਾਵਾ ਅਨੇਕਾਂ ਗੇਮਸ ਹੁੰਦੀਆਂ ਨੇ। ਅਗਰ ਪੂਰੀ ਜਾਣਕਾਰੀ ਲਈ ਮੈਂ ਕਿੰਨੇ ਕੁ ਸ਼ੋਅ 'ਚ ਨਹੀਂ ਦੱਸ ਸਕਾਂਗਾ, ਪਰ ਜੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਤੁਸੀਂ ਗੂਗਲ 'ਤੇ ਕੈਨੇਡਾ ਡੇ ਲਿਖ ਕੇ ਸਰਚ ਕਰ ਸਕਦੇ ਹੋ, ਤੁਹਾਨੂੰ ਪੂਰੀ ਡਿਟੇਲ 'ਚ ਪਤਾ ਲੱਗ ਜਾਏਗਾ ਕਿ ਕੈਨੇਡਾ ਡੇ ਕਿਸ ਤਰੀਕੇ ਨਾਲ ਉੱਥੇ ਮਨਾਇਆ ਜਾਂਦਾ ਜੀ। ਸੋ ਇੱਥੋਂ ਜਦੋਂ ਪੰਜਾਬ ਤੋਂ ਲੋਕ ਜਾਂਦੇ ਨੇ, ਬਹੁਤ ਸਾਰੇ ਕੀ ਕਾਗਜ਼ਾਤ ਦੀ ਲੈਣ ਦੀ ਲੋੜ ਪੈਂਦੀ ਹੋਊਗੀ, ਕਿਵੇਂ ਅੰਬੈਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਵੇਂ ਵੀਜ਼ਾ ਗ੍ਰਾਂਟ ਕਰਨ ਲਈ ਅਸੀਂ ਡਾਕੂਮੈਂਟੇਸ਼ਨ ਜਿਹੜੀ ਹੈ ਅਸੀਂ ਅੰਬੈਸੀ ਨੂੰ ਦਿੰਦੇ ਹਾਂ? ਉਹ ਚਲੋ ਇੱਕ ਕੰਸਲਟੈਂਟ ਦਾ ਨਿੱਜੀ ਤਜਰਬਾ ਹੈ, ਨਿੱਜੀ ਕੰਮ ਕਰਨ ਦਾ ਤਰੀਕਾ ਹੈ, ਹਾਂਜੀ, ਪਰ ਪੰਜਾਬ ਤੋਂ ਜਦੋਂ ਲੋਕ ਅਪਲਾਈ ਕਰਦੇ ਨੇ, ਕਿਹੜੇ ਕਿਹੜੇ ਦਸਤਾਵੇਜ਼ ਉਹਨਾਂ ਨੂੰ ਲੈਣੇ ਜ਼ਰੂਰੀ ਨੇ ਤਾਂ ਕਿ ਉਹ ਅੰਬੈਸੀ ਨੂੰ ਸਮਝਾ ਸਕਣ ਕਿ ਅਸੀਂ ਕੈਨੇਡਾ ਘੁੰਮਣ ਜਾਣਾ ਚਾਹੁੰਦੇ ਹਾਂ ਸਿਰਫ ਕੈਨੇਡਾ ਡੇ ਦੇ? ਦੇਖੋ ਮਨੀਸ਼ ਜੀ, ਅਗਰ ਮੈਂ ਗੱਲ ਕਰਾਂ ਅੱਜ ਤੋਂ ਪਿਛਲੇ ਕੁਛ ਸਾਲਾਂ ਦੀ, 5-7 ਸਾਲ ਪਹਿਲਾਂ ਜਦੋਂ ਆਪਾਂ ਅਪਲਾਈ ਕਰਦੇ ਸੀ ਟੂਰਿਸਟ ਵੀਜ਼ਾ, ਤਾਂ ਸਿੰਪਲ ਕੀ ਹੁੰਦਾ ਸੀ, ਆਪਣੀ ਪ੍ਰੋਫਾਈਲ ਦੇ ਨਾਲ ਅਗਰ ਬਿਜ਼ਨਸ ਹੈ ਜਾਂ ਜੋਬ ਹੈ ਜੋ ਵੀ ਹੈ ਉਹਦੇ ਰਿਲੇਟਡ ਡਾਕੂਮੈਂਟਸ ਚਾਹੀਦੇ ਹੁੰਦੇ ਸੀਗੇ, ਫਿਰ ਉਸ ਤੋਂ ਬਾਅਦ ਆਪਾਂ ਹੋਟਲ ਬੁਕਿੰਗ ਕਰਦੇ ਸੀਗੇ ਅਤੇ ਦੈਨ ਆਪਾਂ ਫਾਈਲ ਅੰਬੈਸੀ 'ਚ ਲਗਾ ਦਿੰਦੇ ਸੀ। ਬਟ ਕੀ ਹੁੰਦਾ ਗਿਆ ਕਿ ਹੁਣ ਆਪਣੇ ਪੰਜਾਬੀ ਉੱਥੇ ਜਾ ਕੇ ਬਹੁਤ ਹੀ ਭਾਰੀ ਮਾਤਰਾ 'ਚ ਮਤਲਬ ਵਾਪਸ ਨਹੀਂ ਆਉਂਦੇ, ਉੱਥੇ ਕੰਮ ਕਰਨ ਲੱਗ ਜਾਂਦੇ ਨੇ, ਜਿੱਦਾਂ ਸਿੱਧਾ ਕੈਨੇਡਾ ਨੂੰ ਲੱਗਣ ਲੱਗ ਗਏ ਜਾਂ ਕਿਸੇ ਵੀ ਹੋਰ ਵੀ ਬਹੁਤ ਕੰਟਰੀ ਨੇ, ਉਹਨਾਂ ਨੂੰ ਇੱਦਾਂ ਮਹਿਸੂਸ ਹੁੰਦਾ ਹੈ ਕਿ ਜਿਹੜੇ ਇੰਡੀਅਨਸ ਨੇ, ਪੰਜਾਬੀ ਨੇ ਉੱਥੇ ਸੈਟਲ ਹੋਣ ਆਉਂਦੇ ਨੇ, ਕੰਮ ਕਰਨ ਆਉਂਦੇ ਨੇ, ਜਿਸ ਕਰਕੇ ਹੁਣ ਅਗਰ ਆਪਾਂ ਕਹੀਏ ਉਸ ਤਰੀਕੇ ਨਾਲ ਫਾਈਲ ਲਗਾਈਏ, ਉਸ ਨਾਲ ਵੀਜ਼ਾ ਆਉਣ ਦੇ ਚਾਂਸ ਬਹੁਤ ਘੱਟ ਜਾਣਗੇ। ਅਤੇ ਨਵੀਂ ਟੈਕਨੀਕ ਜੋ ਕਿ ਆਪਾਂ ਇੰਡੀਆ ਟੂ ਅਬਰੋਡ ਲੈ ਕੇ ਆਇਆ, ਪਿਛਲੇ ਸਾਨੂੰ 7 ਸਾਲ ਹੋ ਗਏ ਨੇ, 4 ਸਾਲ ਹੋ ਗਏ ਕੈਨੇਡਾ ਡੇ ਨੂੰ ਪ੍ਰਮੋਟ ਕਰਦੇ ਹੋਏ, ਅਤੇ ਪਿਛਲੇ 4 ਸਾਲਾਂ ਤੋਂ ਜੋ ਅਸੀਂ ਨਵੀਂ ਟੈਕਨੀਕ ਲੈ ਕੇ ਆਏ ਹਾਂ ਉਹਦਾ ਇੱਕ ਨਾਮ ਹੈਗਾ, ਉਹਨੂੰ ਇਨਵੀਟੇਸ਼ਨ ਕਿਹਾ ਜਾਂਦਾ। ਜਿਵੇਂ ਕਿ ਮੈਂ ਗੱਲ ਕਰਾਂਗਾ ਕੈਨੇਡਾ ਡੇ ਦੀ, ਕੈਨੇਡਾ ਡੇ ਦੇ ਵਿੱਚ ਜਦੋਂ ਆਪਾਂ ਉੱਥੇ ਜਾਣਾ ਸੈਲੀਬ੍ਰੇਸ਼ਨ ਕਰਨ, ਆਪਾਂ ਸਿੰਪਲ ਨਹੀਂ ਕਹਿ ਸਕਦੇ ਕਿ ਅਸੀਂ ਉੱਥੇ ਘੁੰਮਣ ਜਾਣਾ ਜਾਂ ਅਸੀਂ ਉੱਥੇ ਕੈਨੇਡਾ ਡੇ ਦੇਖਣ ਜਾਣਾ, ਸਾਨੂੰ ਉੱਥੇ ਦੀ ਕੈਨੇਡਾ ਡੇ ਦਾ ਇੱਕ ਟਿਕਟ ਹੁੰਦੀ ਹੈ, ਉੱਥੇ ਜੋ ਇਵੈਂਟ ਹੋ ਰਿਹਾ ਜਿੱਥੇ ਇੰਨੇ ਲੱਖਾਂ ਟੂਰਿਸਟ ਆਉਂਦੇ ਨੇ, ਉੱਥੇ ਉਹਨਾਂ ਨੇ ਪਰ ਪਰਸਨ ਇੱਕ ਕੋਸਟ ਰੱਖੀ ਹੁੰਦੀ ਹੈ, ਇੱਕ ਇੰਨੀ ਕੋਸਟ 'ਤੇ ਉਸ ਇਵੈਂਟ 'ਚ ਤੁਸੀਂ ਐਂਟਰੀ ਕਰ ਸਕਦੇ ਹੋ, ਉਸ ਇਵੈਂਟ ਦੀ ਟਿਕਟ ਲੈਣੀ ਪੈਂਦੀ ਹੈ ਉੱਥੋਂ, ਉਸ ਤੋਂ ਬਾਅਦ ਉੱਥੇ ਦੇ ਔਰਗਨਾਈਜ਼ਰ ਸਾਨੂੰ ਇਨਵੀਟੇਸ਼ਨ ਭੇਜਦੇ ਨੇ ਉਹ ਬੰਦੇ ਦੇ ਨਾਮ 'ਤੇ, ਦੈਨ ਕੀ ਹੁੰਦਾ ਸਿੱਧਾ ਸਿੱਧਾ ਕਲੀਅਰ ਹੁੰਦਾ ਕਿ ਅਸੀਂ ਸਾਡਾ ਮਕਸਦ ਆ ਉੱਥੇ ਕੈਨੇਡਾ ਡੇ ਨੂੰ ਦੇਖਣ ਜਾਣਾ ਚਾਹੁੰਦੇ ਹਾਂ, ਉੱਥੇ ਸੈਲੀਬ੍ਰੇਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਫਿਰ ਆਪਾਂ ਅੰਬੈਸੀ 'ਚ ਫਾਈਲ ਲਗਾਉਂਦੇ ਹਾਂ। ਕਿਉਂਕਿ ਹੁਣ ਜੇ ਆਪਾਂ ਸਿੰਪਲ ਕਹੀਏ, ਸਿੰਪਲ ਹੋਟਲ ਬੁਕਿੰਗ 'ਤੇ ਜਾਂ ਇੱਦਾਂ ਹੀ ਆਪਾਂ ਕਵਰਿੰਗ ਦੇ ਵਿੱਚ ਲਿਖ ਕੇ ਕਹਿ ਦਾਂਗੇ ਕਿ ਅਸੀਂ ਉੱਥੇ ਇਹ ਕੰਮ ਕਰਨ ਚੱਲੇ ਹਾਂ, ਕੈਨੇਡਾ ਦੇ ਉੱਤੇ ਜਾ ਰਹੇ ਹਾਂ, ਅਤੇ ਉਹਨਾਂ ਨੂੰ ਯਕੀਨ ਜਿਹਾ ਥੋੜ੍ਹਾ ਭਰੋਸਾ ਨਹੀਂ ਹੁੰਦਾ। ਜਦੋਂ ਆਪਾਂ ਟਿਕਟ ਲੈਂਦੇ ਹਾਂ ਉੱਥੇ ਦੀ, ਉਹਨਾਂ ਦੀ ਕੰਟਰੀ ਦੀ ਪਰਚੇਜ਼ ਕਰਦੇ, ਉਹਨਾਂ ਨੂੰ ਪੈਸੇ ਦਿੰਦੇ ਹਾਂ, ਅਤੇ ਫਿਰ ਸਿੱਧਾ ਸਿੱਧਾ ਉਹਨਾਂ ਨੂੰ ਸਾਡੇ ਜਾ
ਕਲੀਅਰ ਹੋ ਜਾਂਦਾ ਜੀ। ਸੋ ਕੀ ਮੰਨਦੇ ਹੋ ਕਿ ਜਿਹੜੀ ਟਿਕਟ ਤੁਸੀਂ ਕਹਿ ਰਹੇ ਹੋ ਕਿ ਟਿਕਟ ਤੁਸੀਂ ਕੈਨੇਡਾ ਡੇ ਨੂੰ ਲੈ ਕੇ ਉੱਥੋਂ ਮੰਗਵਾਉਂਦੇ ਹੋ, ਇਨਵੀਟੇਸ਼ਨ ਮੰਗਵਾਉਂਦੇ ਹੋ, ਸਿਰਫ ਉਹ ਇਕੱਲੇ ਟਿਕਟ ਬੁੱਕ ਕਰਾ ਦੇਣਾ ਇਹ ਕਾਫੀ ਹੈ ਵੀਜ਼ਾ ਲੈਣ ਲਈ? ਦੇਖੋ ਮਨੀਸ਼ ਜੀ, ਅਗਰ ਮੈਂ ਗੱਲ ਕਰਾਂਗਾ, ਖਾਲੀ ਆਪਾਂ ਟਿਕਟ ਨਹੀਂ, ਜਿਹੜਾ ਇਨਵੀਟੇਸ਼ਨ ਦਾ ਮਤਲਬ ਹੁੰਦਾ ਹੈ, ਮੈਂ ਸਿਰਫ ਟਿਕਟ ਕੈਨੇਡਾ ਦੀ ਕਹਿ ਰਿਹਾ, ਲੇਕਿਨ ਜੋ ਮੈਂ ਕਹਿ ਰਿਹਾ ਕਿ ਬਾਅਦ 'ਚ ਜਦੋਂ ਔਰਗਨਾਈਜ਼ਰ ਤੋਂ ਆਪਾਂ ਪ੍ਰੋਪਰ ਇਨਵੀਟੇਸ਼ਨ ਲੈਂਦੇ ਹਾਂ, ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਉਸ ਪਰਸਨ ਦੀ ਹੋਟਲ ਬੁਕਿੰਗ, ਆਉਣ ਜਾਣ ਦਾ, ਟਰੈਵਲਿੰਗ ਦਾ, ਜੋ ਅਗਰ ਕੈਨੇਡਾ ਡੇ ਤੋਂ ਹੁਣ ਬੰਦਾ ਜਾਏਗਾ ਉੱਥੇ ਸਿਰਫ ਕੈਨੇਡਾ ਡੇ ਤਾਂ ਸੈਲੀਬ੍ਰੇਟ ਨਹੀਂ ਕਰੇਗਾ, ਉੱਥੇ ਉਸ ਤੋਂ ਬਾਅਦ ਉਹਨੂੰ ਹੋਰ ਵੀ ਉੱਥੇ ਦੀ ਜਿਹੜੀ ਚੀਜ਼ਾਂ ਉੱਥੇ ਘੁੰਮੇਗਾ ਫਿਰੇਗਾ, ਉਹ ਸਾਰਾ ਇੱਕ ਪੈਕੇਜ ਹੁੰਦਾ, ਔਰਗਨਾਈਜ਼ਰ ਇੱਕ ਪ੍ਰੋਪਰ ਪੈਕੇਜ ਬਣਾ ਕੇ ਦਿੰਦਾ ਜਿਹਦੇ ਵਿੱਚ ਉਹਦਾ ਟਰੈਵਲਿੰਗ ਦਾ, ਉਹਦਾ ਅਗਰ ਬਾਈ ਬੱਸ ਜਾਣਾ ਅਤੇ ਜਾਂ ਬਾਈ ਏਅਰ ਟਿਕਟ ਜਾਣਾ, ਉਹ ਡਿਪੈਂਡ ਕਰਦਾ ਕਲਾਇੰਟ 'ਤੇ, ਉਹ ਸਾਰਾ ਕੁਝ ਪੈਕੇਜ ਦੇ ਵਿੱਚ ਇਨਕਲੂਡ ਹੁੰਦਾ, ਉਹਦਾ ਹੋਟਲ ਦਾ ਰਹਿਣ ਦਾ, ਕਿੰਨੇ ਦਿਨ ਉਹਨੇ ਕਿੱਥੇ ਰਹਿਣਾ, ਫਿਰ ਉਸ ਤੋਂ ਬਾਅਦ ਫਰਦਰ ਉਹਨੇ ਕਿਹੜੇ ਹੋਟਲ 'ਚ ਚੇਂਜ ਕਰਨਾ, ਉਹਨੇ ਕਿੱਥੇ ਜਾਣਾ, ਉਹ ਟੋਟਲੀ ਇੱਕ ਪੈਕੇਜ ਬਣਦਾ ਜਿਹਦੇ ਨਾਲ ਕਿ ਸਿੱਧਾ ਸਿੱਧਾ ਕਲੀਅਰ ਹੋ ਜਾਂਦਾ ਕਿ ਆਪਣਾ ਆਹ ਪਲੈਨ ਹੈ, ਜੇ ਆਪਾਂ 10 ਦਿਨ 'ਚ ਜਾਣਾ ਅਤੇ 10 'ਚੋਂ ਆਪਾਂ 9 ਦਿਨ ਇਹ ਸਾਡਾ ਪਲੈਨ ਹੈਗਾ, 10ਵੇਂ ਦਿਨ ਅਸੀਂ ਵਾਪਸੀ ਕਰਨੀ ਹੈ, ਇੱਕ ਅੰਬੈਸੀ ਦੀ ਨਿਗਾਹ 'ਚ ਸਾਡੀ ਪਿਕਚਰ ਜਿਹੜੀ ਹੈ ਕਲੀਅਰ ਹੋ ਜਾਂਦੀ, ਉਹਨੂੰ ਕਨਫਿਊਜ਼ਨ ਨਹੀਂ ਕੋਈ ਰਹਿੰਦੀ, ਅਤੇ ਜਿਹਦੇ ਨਾਲ ਕੀ ਹੁੰਦਾ ਉਹਨੂੰ ਵੀਜ਼ਾ ਦੇਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਸੋ ਵੇਖੋ ਵੇਖੀ ਇਨਵੀਟੇਸ਼ਨ ਹਰ ਇੱਕ ਕੰਸਲਟੈਂਟ ਮੰਗਵਾਉਣਾ ਸ਼ੁਰੂ ਕਰ ਦਿੱਤਾ, ਤੁਸੀਂ ਸ਼ੁਰੂਆਤ ਕੀਤੀ ਜਦ ਤੋਂ 4-5 ਸਾਲ ਪਹਿਲਾਂ, ਵੀਜ਼ੇ ਲੱਗਦੇ ਵੀ ਵੇਖੇ, ਅੱਜ ਵੀ ਵੇਖੇ ਤੁਹਾਡੇ ਆਫਿਸ ਦੇ ਵਿੱਚ, ਬਠਿੰਡਾ ਆਫਿਸ ਦੇ ਵਿੱਚ ਵੀਜ਼ੇ ਲੱਗੇ ਲੋਕਾਂ ਦੇ, ਸੋ ਵੇਖੋ ਵੇਖੀ ਭੀੜ ਚਾਹ ਸ਼ੁਰੂ ਹੋ ਗਈ, ਬਹੁਤ ਸਾਰੇ ਕੰਸਲਟੈਂਟ ਇਸੇ ਰਸਤੇ 'ਤੇ ਤੁਰਨਾ ਸ਼ੁਰੂ ਕਰ ਗਏ ਜੀ। ਕੀ ਮੰਨਦੇ ਹੋ ਕਿ ਪ੍ਰੋਪਰ ਜਿਵੇਂ ਅੱਜ ਅਖਬਾਰਾਂ ਦੇ ਵਿੱਚ ਜਿਵੇਂ ਟੀਵੀਆਂ 'ਤੇ ਇਸ਼ਤਿਹਾਰ ਚੱਲਦੇ ਪਏ ਨੇ ਜਾਂ ਐਡਵਰਟੀਜ਼ਮੈਂਟ ਚੱਲਦੀਆਂ ਨੇ, ਉਹ ਕੰਸਲਟੈਂਟ ਨੂੰ ਜ਼ਰੂਰੀ ਹੈ ਕਿ ਤੁਹਾਡੇ ਔਰਗਨਾਈਜ਼ਰ, ਜਿੱਥੇ ਤੁਸੀਂ ਔਰਗਨਾਈਜ਼ਰ ਕੋਲ ਪਾਸ ਮੰਗਵਾਉਂਦੇ ਹੋ ਉਹਨਾਂ ਦੇ ਨਾਲ ਟਾਈ ਅਪ ਕਰਨਾ ਜ਼ਰੂਰੀ, ਕਿਉਂਕਿ ਜੇ ਇਕੱਲੀ ਇਨਵੀਟੇਸ਼ਨ ਦੀ ਗੱਲ ਕਰ ਰਹੀ ਤਾਂ ਇਨਵੀਟੇਸ਼ਨ ਮੇਰੇ ਖਿਆਲ 'ਚ ਬੰਦਾ ਔਨਲਾਈਨ ਖੁਦ ਵੀ ਮੰਗਵਾ ਸਕਦਾ, ਕਿ ਔਰਗਨਾਈਜ਼ਰ ਔਰਗਨਾਈਜੇਸ਼ਨ ਜਿਹੜਾ ਔਰਗਨਾਈਜ਼ਰ ਆ ਉਹਦੇ ਨਾਲ ਟਾਈ ਅਪ ਕਰਨਾ ਜ਼ਰੂਰੀ ਹੈ? ਜੀ ਮਨੀਸ਼ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਉਹ ਔਨਲਾਈਨ ਖੁਦ ਮੰਗਾ ਸਕਦਾ, ਇਹ ਚੀਜ਼ ਇੱਦਾਂ ਪੋਸੀਬਲ ਨਹੀਂ ਹੈਗੀ ਕਿ ਉਹ ਔਨਲਾਈਨ ਖੁਦ ਮੰਗਾ ਸਕਦਾ, ਉਹਦੇ ਲਈ ਉਹਦਾ ਔਰਗਨਾਈਜ਼ਰ ਨਾਲ ਟਾਈ ਅਪ ਹੋਣਾ ਬਹੁਤ ਜ਼ਰੂਰੀ ਹੈ। ਔਰਗਨਾਈਜ਼ਰ ਵੀ ਟਾਈ ਅਪ ਇੰਨੀ ਈਜ਼ੀਲੀ ਨਹੀਂ ਦੇ ਦਿੰਦਾ, ਪਹਿਲਾਂ ਉਹ ਤੁਹਾਡੀ ਦੇਖਦਾ, ਲਾਇਸੈਂਸ ਦੇਖਦਾ, ਫਿਰ ਉਸ ਤੋਂ ਬਾਅਦ ਦੇਖਦਾ ਤੁਹਾਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ, ਉਹ ਸਾਡੀ ਜੈਨੂਇਨਿਟੀ ਚੈੱਕ ਕਰਦੇ ਨੇ, ਕਿਉਂਕਿ ਇੱਕ ਤਰ੍ਹਾਂ ਇਨਵੀਟੇਸ਼ਨ ਦਾ ਮਤਲਬ ਹੁੰਦਾ ਕਿ ਉਹ ਸੱਦਾ ਪੱਤਰ, ਉਹ ਸਾਨੂੰ ਇਨਵਾਈਟ ਕਰ ਰਹੇ ਨੇ। ਹੁਣ ਜਿਹੜਾ ਬੰਦਾ ਇਨਵਾਈਟ ਕਰੇਗਾ ਉੱਥੇ ਦਾ ਸਿਟੀਜ਼ਨ ਜਾਂ ਉੱਥੇ ਦੇ ਔਰਗਨਾਈਜ਼ਰ ਹੈ, ਉਹ ਗੌਰਮੈਂਟ ਰਜਿਸਟਰਡ ਹੋਏਗੀ, ਉਹ ਇਨਵਾਈਟ ਕਰਨਗੇ ਅਤੇ ਉਹ ਇੱਕ ਗਰੰਟੀ ਹੈ ਉਹਨਾਂ ਦੀ ਕਿ ਇੱਕ ਉਹ ਜੈਨੂਇਨ ਬੰਦੇ ਨੂੰ ਇਨਵਾਈਟ ਕੀਤਾ ਜਾ ਰਿਹਾ, ਅਤੇ ਉਸ ਤੋਂ ਬਿਨਾਂ ਉਹ ਚੀਜ਼ ਪੋਸੀਬਲ ਨਹੀਂ ਹੈਗੀ ਕਿ ਬੰਦਾ ਆਪਣੇ ਆਪ ਕਰ ਲਏ, ਉਹਦੇ ਲਈ ਔਰਗਨਾਈਜ਼ਰ ਦਾ ਟਾਈ ਅਪ ਹੋਣਾ ਬਹੁਤ ਜ਼ਰੂਰੀ ਹੈਗਾ ਜੀ। ਸੋ ਕਦੋਂ ਮਨਾਇਆ ਜਾ ਰਿਹਾ ਕੈਨੇਡਾ ਡੇ, ਔਰ ਪੰਜਾਬੀ ਐਪਲੀਕੈਂਟਸ ਜਦੋਂ ਅਪਲਾਈ ਕਰਨਾ ਚਾਹੁੰਦੇ ਕਿਹੜੀ ਤਰੀਕਾ ਤੱਕ ਅਪਲਾਈ ਕਰ ਸਕਦੇ? ਦੇਖੋ ਮਨੀਸ਼ ਜੀ, ਆਪਣਾ ਕੈਨੇਡਾ ਡੇ 1 ਜੁਲਾਈ ਨੂੰ ਉੱਥੇ ਸੈਲੀਬ੍ਰੇਟ ਕੀਤਾ ਜਾ ਰਿਹਾ, ਅਤੇ ਅਪਲਾਈ ਕਰਨ ਦੀ ਗੱਲ ਇੱਦਾਂ ਕਿ ਦੇਖੋ ਇਹੀ ਰਾਈਟ ਟਾਈਮ ਹੈਗਾ ਅਪਲਾਈ ਕਰਨ ਦਾ, ਕਿਉਂਕਿ ਆਪਾਂ ਹੁਣ ਉੱਥੇ ਕਿੱਥੇ ਵੀ ਕਿਸੇ ਵੀ ਜਗ੍ਹਾ ਜਾਣਾ ਹੋਵੇ ਸਾਨੂੰ ਕੁਛ ਟਾਈਮ ਦਾ ਗੈਪ ਪਾ ਕੇ ਅਪਲਾਈ ਕਰਨਾ ਚਾਹੀਦਾ, ਤਾਂ ਕਿ ਇੱਕ ਰਿਜ਼ਲਟ ਆਉਣ ਦੇ ਵਿੱਚ ਵੀ ਟਾਈਮ ਜੋ ਲੱਗਦਾ, ਜੋ ਅਸੀਂ ਫਾਈਲ ਪ੍ਰੀਪੇਅਰ ਕਰਨਾ ਉਹ 'ਚ ਟਾਈਮ ਲੱਗਣਾ, ਫਿਰ ਇਨਵੀਟੇਸ਼ਨ ਆਉਣ 'ਚ ਵੀ ਤੁਹਾਡਾ ਟਾਈਮ ਲੱਗ ਜਾਂਦਾ, ਅਤੇ ਕੁਛ ਜੇ ਅਗਰ ਵੀਜ਼ਾ ਆਉਣ ਤੋਂ ਬਾਅਦ ਤੁਹਾਨੂੰ ਕੁਛ ਟਾਈਮ ਚਾਹੀਦਾ ਹੁੰਦਾ ਆਪਣੀ ਪੈਕਿੰਗ ਦੇ ਲਈ, ਸਾਰਾ ਅਗਰ ਇੱਥੇ ਤੁਹਾਡਾ ਕਾਰੋਬਾਰ ਹੈਗਾ ਉਹਨੂੰ ਇੱਕ ਤਰੀਕੇ ਨਾਲ ਸੈਟਲ ਕਰਕੇ ਸਾਰਾ ਹੈਂਡ ਓਵਰ ਕਰਕੇ ਫਿਰ ਹੀ ਤੁਸੀਂ ਬਾਹਰ ਜਾ ਸਕੋਗੇ, ਅਤੇ ਇਹੀ ਰਾਈਟ ਟਾਈਮ ਹੈ, 2 ਮਹੀਨੇ ਹਜੇ ਪਏ ਨੇ, ਅਤੇ ਇਹੀ ਰਾਈਟ ਟਾਈਮ ਹੈ ਤੁਹਾਡਾ ਫਾਈਲ ਲਗਾਉਣ ਦੇ ਜੀ। ਔਰ ਜਦੋਂ ਫਾਈਲ ਅਪਲਾਈ ਕਰਨੀ ਹੈ ਉਦੋਂ ਕਿਹੜੇ ਕਿਹੜੇ ਕਾਗਜ਼ਾਂ ਚਾਹੀਦੇ ਹੋਣਗੇ, ਕਿ ਇਨਕਮ ਟੈਕਸ ਰਿਟਰਨਾਂ ਜ਼ਰੂਰੀ ਹੁੰਦੀਆਂ, ਕਿਉਂਕਿ ਪੰਜਾਬ 'ਚ ਜਿਵੇਂ ਆਪਾਂ ਗੱਲ ਕਰ ਲਈਏ ਪਿੰਡਾਂ ਦੇ ਲੋਕ ਬਹੁਤ ਸਾਰੇ ਨੇ, ਖੇਤੀਬਾੜੀ ਕਰਦੇ ਨੇ, ਖੇਤੀਬਾੜੀ ਵਾਲੇ ਲੋਕ ਜਿਹੜੇ ਇਨਕਮ ਟੈਕਸ ਰਿਟਰਨਾਂ ਨਹੀਂ ਭਰਦੇ ਜੀ, ਸੋ ਕੀ ਇਨਕਮ ਟੈਕਸ ਰਿਟਰਨਾਂ ਭਰਿਆ ਬਿਨਾਂ ਜਿਹੜਾ ਅਪਲਾਈ ਕਰ ਸਕਦੇ ਆਪਾਂ? ਸਰ ਦੇਖੋ, ਇਨਕਮ ਟੈਕਸ ਰਿਟਰਨ ਜਿਹੜੀ ਭਰਨੀ ਹੈ ਉਹ ਬਹੁਤ ਜ਼ਰੂਰੀ ਹੈ, ਐਜ਼ ਆ ਗੌਰਮੈਂਟ ਵੀ ਉਹ ਹਰੇਕ ਨੂੰ, ਹੁਣ ਤਾਂ ਟੀਵੀ 'ਤੇ ਵੀ ਇੰਨੀ ਐਡ ਕੀਤੀ ਜਾਂਦੀ ਗੌਰਮੈਂਟ ਵੱਲੋਂ ਕਿ ਰਿਟਰਨ ਭਰਨੀ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਐਗਰੀਕਲਚਰ ਨੂੰ ਟੈਕਸ ਮਾਫ ਹੁੰਦਾ, ਬਟ ਰਿਟਰਨ ਉਹਨਾਂ ਦੀ ਫਿਰ ਵੀ ਫਿਲ ਹੁੰਦੀ ਹੈ, ਅਤੇ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਾਂਗਾ ਜਿਹੜੀ ਐਗਰੀਕਲਚਰ ਨੂੰ ਬਿਲੋਂਗ ਕਰਦੇ ਨੇ, ਅਗਰ ਤੁਹਾਨੂੰ ਟੈਕਸ ਮਾਫ ਹੈ ਇਹਦਾ ਮਤਲਬ ਇਹ ਨਹੀਂ ਤੁਸੀਂ ਰਿਟਰਨ ਨਾ ਭਰੋ, ਅਗਰ ਤੁਸੀਂ ਰਿਟਰਨ ਨਹੀਂ ਭਰੋਗੇ ਤੇ ਤੁਸੀਂ ਅੰਬੈਸੀ ਦੀ ਨਿਗਾਹ ਦੇ ਵਿੱਚ ਕਲੀਅਰ ਹੀ ਨਹੀਂ ਹੋ ਪਾਏਗਾ ਤੁਹਾਡੀ ਇਨਕਮ ਹੈ ਕਿੰਨੀ। ਯਾਨੀ ਉਹ ਐਗਰੀਕਲਚਰ ਇਨਕਮ ਨਹੀਂ ਭਰ ਸਕਦੇ? ਨਹੀਂ, ਐਗਰੀਕਲਚਰ ਇਨਕਮ ਭਰ ਸਕਦੇ, ਟੈਕਸ ਨਹੀਂ ਉਹਨਾਂ ਨੂੰ, ਟੈਕਸ ਮਾਫ ਆ ਉਹਨਾਂ ਨੂੰ, ਲੇਕਿਨ ਆਪਣੀ ਇਨਕਮ ਤਾਂ ਸ਼ੋਅ ਕਰ ਸਕਦੇ ਆ, ਅਗਰ ਉਹਨਾਂ ਨੇ ਡੇਅਰੀ ਫਾਰਮਿੰਗ ਨਾਲ ਐਗਰੀਕਲਚਰ ਨਾਲ ਹੈ, ਅਗਰ ਉਹਨਾਂ ਨੂੰ ਉਹਨੇ ਰਿਟਰਨ 7-8 ਲੱਖ ਦੀ ਬਣਦੀ ਹੈ ਤਾਂ ਉਹਨਾਂ ਨੂੰ ਭਰਨੀ ਚਾਹੀਦੀ, ਤਾਂ ਹੀ ਕਲੀਅਰ ਹੋਏਗਾ ਨਾ ਕਿ ਉਹਨਾਂ ਦੀ ਮੰਥਲੀ ਇਨਕਮ ਇੰਨੀ ਬਣਦੀ ਪਈ ਹੈਗੀ ਹੈ। ਵਿਦਾਊਟ ਰਿਟਰਨ ਤੋਂ ਅੰਬੈਸੀ ਮੰਨੇਗੀ ਨਹੀਂ ਕਿ ਇਹਨਾਂ ਦੇ, ਅਗਰ ਆਪਾਂ ਮੂੰਹ ਜ਼ਬਾਨੀ ਕਹੀ ਜਾਵਾਂਗੇ ਕਿ ਅਸੀਂ ਇੰਨਾ ਕਮਾਉਂਦੇ ਹਾਂ, ਆਪਾਂ ਸਟੇਟਮੈਂਟ ਵੀ ਬੈਂਕ ਦੀ ਦਿਖਾਈ ਜਾਵਾਂਗੇ, ਦੇਖੋ ਸਾਡੇ ਇੰਨੇ ਪੈਸੇ ਪਏ ਨੇ, ਇੰਨੀ ਟ੍ਰਾਂਜੈਕਸ਼ਨ ਆਈ ਚਲਾਈ ਹੈਗੀ ਹੈ, ਬਟ ਜੇ ਰਿਟਰਨ ਨਹੀਂ ਹੈਗੀ ਅੰਬੈਸੀ ਨਹੀਂ ਮੰਨੇਗੀ ਕਿ ਆਪਣੀ ਆਮਦਨ ਕਿੰਨੀ ਹੈਗੀ ਜੀ। ਸੋ
ਉਹ ਸਾਰਾ ਪਿਓ ਦੇ ਨਾਮ 'ਤੇ ਆ ਰਿਹਾ, ਉਹ ਮਨ ਜਿਹੜਾ ਉਹ ਪੁੱਤਰ ਜਾਣਾ ਚਾਹੁੰਦਾ, ਕੀ ਪਿਓ ਉਸ ਕੰਮ ਲਈ ਪੁੱਤਰ ਦੀ ਸਹਾਇਤਾ ਕਰ ਸਕਦਾ? ਜੀ ਮਨੀਸ਼ ਜੀ, ਬਿਲਕੁਲ ਕਰ ਸਕਦਾ। ਦੇਖੋ ਆਪਣੇ ਤਾਂ ਕਲਚਰ ਹੀ ਇੱਦਾਂ ਦਾ ਹੈਗਾ ਪੰਜਾਬ ਦਾ ਕਿ ਮਾਂ ਬਾਪ ਬੇਟੇ ਨੂੰ ਜਦ ਤੱਕ ਉਹ ਜਿੰਦੇ ਹੈਗੇ ਨੇ ਤਦ ਤੱਕ ਆਪਣੇ ਬੇਟੇ ਨੂੰ ਸਪੋਰਟ ਕਰਦੇ ਨੇ, ਉਹਨੂੰ ਹਰ ਉਹਦਾ ਸਾਥ ਦਿੰਦੇ ਨੇ। ਅਤੇ ਕੈਨੇਡਾ ਵੀ ਇਸ 'ਚ ਕਲਚਰ ਨੂੰ ਮੰਨਦਾ, ਪੰਜਾਬ ਦੇ ਕਲਚਰ ਬਾਰੇ ਉਹਨੂੰ ਪੂਰਾ ਪਤਾ। ਅਗਰ ਪਿਓ ਦੇ ਨਾਂ 'ਤੇ ਪ੍ਰੋਪਰਟੀ ਹੈਗੀ ਹੈ ਤਾਂ ਇਹਦਾ ਮਤਲਬ ਅਗਰ ਉਹਨਾਂ ਦੇ ਦੋ ਭਰਾ ਨੇ ਜਾਂ ਤਿੰਨ ਭਰਾ ਨੇ, ਉਹ ਟਿਲ ਦ ਐਂਡ ਉਹਨਾਂ 'ਚ ਡਿਵਾਈਡ ਹੋਣੀ ਹੈਗੀ ਹੈ। ਅਤੇ ਬੈਂਕ ਬੈਲੈਂਸ ਅਗਰ ਪਿਓ ਦਾ ਹੈਗਾ ਉਹ ਬੇਟੇ ਨੇ ਹੀ ਵਰਤਣਾ। ਹੁਣ ਜਿਹੜੀ ਘੁੰਮਣ ਦੀ ਏਜ, ਜਿਹੜੇ ਸ਼ੌਂਕ ਹੈ ਉਹ ਬੱਚਿਆਂ ਦੇ ਨੇ। ਹੁਣ ਆਪਾਂ ਐਗਰੀਕਲਚਰ ਕਿਸਾਨਾਂ ਦੀ ਗੱਲ ਕਰੀਏ, ਉਹ ਸਿੰਪਲ ਹੁੰਦੇ ਨੇ, ਉਹਨਾਂ ਨੂੰ ਇੰਨਾ ਸ਼ੌਂਕ ਨਹੀਂ ਹੈਗਾ ਘੁੰਮਣ ਫਿਰਨ ਦਾ। ਉਹ ਲੋਕਲ ਇੰਡੀਆ 'ਚ ਵੀ, ਪੰਜਾਬ 'ਚ ਵੀ ਜ਼ਿਆਦਾ ਕਿੱਥੇ ਘੁੰਮ ਕੇ ਖੁਸ਼ ਨਹੀਂ ਹੈਗੇ। ਉਹਨਾਂ ਦੇ ਜਿਹੜੇ ਅੱਗੇ ਆਉਣ ਵਾਲੀ ਜਨਰੇਸ਼ਨ ਹੈ, ਜਿਹੜੀ ਅੱਗੇ ਜਨਰੇਸ਼ਨ ਹੈ, ਉਹ ਥੋੜ੍ਹੀ ਜਿਹੀ ਸੋਚ ਰੱਖਦੀ ਹੈ ਘੁੰਮਣ ਫਿਰਨ ਦੀ, ਅਤੇ ਉਹ ਸਪੋਰਟ ਕਰ ਸਕਦੇ ਨੇ ਉਹਨਾਂ ਨੂੰ। ਜੀ, ਸੋ ਬੈਂਕ ਖਾਤੇ ਦੇ ਵਿੱਚ ਕਿੰਨੇ ਕੁ ਪੈਸੇ ਹੋਣੇ ਚਾਹੀਦੇ, ਜੇ ਫਾਦਰ ਸਪੋਰਟ ਕਰ ਸਕਦਾ ਹੈ ਅਤੇ ਫਾਦਰ ਦੇ ਖਾਤੇ 'ਚ ਕਿੰਨੇ ਕੁ ਪੈਸੇ ਹੋਣੇ ਚਾਹੀਦੇ ਹੈ ਤਾਂ ਕਿ ਪੁੱਤਰ ਜਾ ਕੇ ਉਹਨੂੰ ਇਸਤੇਮਾਲ ਕਰ ਸਕੇ, ਉਹ ਦੂਸਰੀ ਗੱਲ। ਔਰ ਪੈਸੇ ਦਾ ਫਲੋ ਕੀ ਹੋਣਾ ਚਾਹੀਦਾ? ਕੁਛ ਲੋਕ ਕਹਿੰਦੇ ਕਿ 6 ਮਹੀਨੇ ਪੁਰਾਣੇ, 3 ਮਹੀਨੇ ਪੁਰਾਣੇ, ਸਾਲ ਪੁਰਾਣੇ ਪੈਸੇ ਹੋਣੇ ਚਾਹੀਦੇ, ਉਹਦੀ ਆਈ ਚਲਾਈ ਬਹੁਤ ਜ਼ਬਰਦਸਤ ਹੋਣੀ ਚਾਹੀਦੀ ਹੈ, ਕੀ ਇਹ ਸੱਚ ਹੈ? ਮਨੀਸ਼ ਜੀ, ਦੇਖੋ ਇੱਕ ਸਿਰਫ ਔਰ ਸਿਰਫ ਇਨਕਮ ਦਾ ਸੋਰਸ ਹੋਣਾ ਜ਼ਰੂਰੀ ਹੈਗਾ ਕਿ ਤੁਹਾਡੇ ਕੋਲ ਪੈਸੇ ਆ ਕਿੱਥੋਂ ਰਹੇ ਨੇ। ਤੁਹਾਡੇ ਕੋਲ ਮੰਥਲੀ ਪੈਸੇ ਆ ਰਹੇ ਨੇ, ਤੁਹਾਨੂੰ ਇਹ ਉਸ ਤੋਂ ਬਾਅਦ ਇਹ ਹੋਣਾ ਚਾਹੀਦਾ ਤੁਸੀਂ ਖਰਚ ਕਿੱਥੇ ਕਰ ਰਹੇ ਹੋ, ਖਰਚ ਕਰਨ ਤੋਂ ਬਾਅਦ ਤੁਹਾਡੇ ਤੋਂ ਬਚ ਕਿੰਨੇ ਰਹੇ ਨੇ, ਕਿ ਉਸ ਬਚੇ ਹੋਏ ਪੈਸਿਆਂ 'ਚ ਤੁਸੀਂ ਟ੍ਰਿਪ ਨੂੰ ਅਫੋਰਡ ਕਰ ਸਕਦੇ ਹੋ, ਤੁਸੀਂ ਆਪਣਾ ਬਾਹਰ ਜਾਣ ਦਾ ਖਰਚਾ ਪੂਰਾ ਕਰ ਸਕਦੇ ਹੋ। ਬਸ ਇਹ 3 ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ। ਇਹ ਨਹੀਂ ਜ਼ਰੂਰੀ 6 ਮਹੀਨੇ ਪੁਰਾਣਾ ਹੈ, ਕਿਉਂਕਿ ਦੇਖੋ ਅਗਰ ਇੱਕ ਕਿਸਾਨ ਹੈ ਉਹ ਕਈ ਵਾਰ 6 ਮਹੀਨੇ, ਕਈ ਵਾਰ ਉਹਨੂੰ ਪੇਮੈਂਟ ਆਉਂਦੀ ਹੈ, ਕਈ ਵਾਰ 6 ਮਹੀਨੇ ਤੋਂ ਵੀ ਲੇਟ ਹੋ ਜਾਂਦੀ ਹੈ, ਬਟ ਉਹਦਾ ਰਿਕਾਰਡ ਉਹਨਾਂ ਕੋਲ ਪ੍ਰੂਫ ਹੋਣਾ ਚਾਹੀਦਾ। ਜੇ ਫਾਰਮ ਹੋਣੇ ਚਾਹੀਦੇ ਨੇ, ਅਗਰ ਲੀਜ਼ 'ਤੇ ਤਾਂ ਇੱਕ ਲੀਜ਼ ਡੀਡ ਹੋਣੀ ਚਾਹੀਦੀ ਹੈ ਜਿਹਦੇ 'ਚ ਕਲੀਅਰ ਹੈਗਾ ਕਿ ਪੇਮੈਂਟ ਇੰਨੀ ਪਹਿਲਾਂ ਆਈ ਸੀ ਜਾਂ ਇੰਨੀ ਆਉਣ ਵਾਲੀ ਹੈਗੀ ਹੈ। ਰੈਗੂਲਰ ਇੰਨੀ ਟ੍ਰਾਂਜੈਕਸ਼ਨ ਦੀ ਲੋੜ ਨਹੀਂ ਹੈਗੀ, ਬਟ ਸਾਡੇ ਕੋਲ ਇਨਕਮ ਪ੍ਰੂਫ ਹੋਣਾ ਬਹੁਤ ਜ਼ਰੂਰੀ ਹੈ। ਜੀ, ਸੋ ਰਿਫਿਊਜ਼ਲ ਵਾਲੇ ਕੀ ਮੁੜ ਕੇ ਅਪਲਾਈ ਕਰ ਸਕਦੇ? ਦੇਖੋ ਮਨੀਸ਼ ਜੀ, ਹਮੇਸ਼ਾ ਮੈਂ ਕਹਿੰਦਾ ਆਇਆ ਜਿਹੜਾ ਰਿਫਿਊਜ਼ਲ ਦਾ ਮਤਲਬ ਸਿਰਫ ਇੰਨਾ ਕੁ ਹੀ ਹੁੰਦਾ ਕਿ ਉਸ ਟਾਈਮ ਅੰਬੈਸੀ ਨੂੰ ਇਹ ਨਹੀਂ ਲੱਗਾ ਕਿ ਤੁਸੀਂ ਉਹ ਜੀ ਤੁਸੀਂ ਉਹਨਾਂ ਦੀ ਕੰਟਰੀ 'ਚ ਇਸ ਟਾਈਮ ਜਾਣ ਦੇ ਐਲੀਜੀਬਲ ਹੈਗੇ ਹੋ, ਪਰ ਉਹਨਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਤੁਸੀਂ ਜਾ ਨਹੀਂ ਸਕਦੇ। ਸਭ ਤੋਂ ਪਹਿਲਾਂ ਸਾਨੂੰ ਰਿਫਿਊਜ਼ਲ ਦੇਖਣੀ ਪਏਗੀ ਕਿ ਰਿਫਿਊਜ਼ ਉਹ ਹੋਇਆ ਕਿਉਂ ਹੈ, ਉਸ ਤੋਂ ਬਾਅਦ ਆਪਾਂ ਦੱਸਾਂਗੇ ਕਿ ਉਹ ਅਪਲਾਈ ਕਰ ਸਕਦਾ ਜਾਂ ਕਿੰਨੀ ਦੇਰ ਬਾਅਦ ਕਰ ਸਕਦਾ। ਨੋਰਮਲੀ ਕੇਸ ਇੱਦਾਂ ਦੇ ਹੁੰਦੇ ਨੇ, ਬਸ ਬੈਨ ਨਹੀਂ ਹੋਣਾ ਚਾਹੀਦਾ। ਅਗਰ ਬੈਨ ਹੈ ਤਾਂ ਫਿਰ ਤੁਹਾਨੂੰ ਵੇਟ ਕਰਨਾ ਪਏਗਾ ਜਿੰਨੀ ਦੇਰ ਦਾ ਤੁਹਾਡਾ ਬੈਨ ਲੱਗਾ। ਨੋਰਮਲੀ ਅਗਰ ਤੁਸੀਂ ਸਿੰਪਲ ਕੇਸ ਤੁਹਾਡਾ ਰਿਫਿਊਜ਼ ਹੋਇਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ। ਬਸ ਦੇਖਣਾ ਪਏਗਾ ਰਿਫਿਊਜ਼ਲ ਕਿਸ ਚੀਜ਼ ਦੀ ਲੱਗੀ ਹੈ, ਔਰ ਟਾਈਮ ਪੀਰੀਅਡ ਨੂੰ ਆਪਾਂ ਦੇਖਣਾ ਕਿ ਗੈਪ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ, ਤੁਸੀਂ ਨਾਲ ਦੀ ਨਾਲ ਅਪਲਾਈ ਕਰ ਸਕਦੇ ਹੋ ਕਿ ਥੋੜ੍ਹਾ ਜਿਹਾ ਤੁਹਾਨੂੰ ਗੈਪ ਦੀ ਲੋੜ ਹੈਗੀ ਹੈ। ਜੀ, ਸੋ ਦਰਸ਼ਕਾਂ ਨੂੰ ਦੱਸ ਦਿੰਦੇ ਕਿ ਆਈ ਟੂ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਇਸ਼ਪ੍ਰੀਤ ਸਿੰਘ ਜੀ ਸਾਡੇ ਨਾਲ ਇਸ ਮੌਕੇ 'ਤੇ ਗੱਲਬਾਤ ਕਰ ਰਹੇ ਨੇ। ਸੋ ਅੱਜ ਖਾਸ ਤੌਰ 'ਤੇ ਇਹਨਾਂ ਦੇ ਬਠਿੰਡਾ ਆਫਿਸ ਦੇ ਵਿੱਚ ਆਏ ਸੀ, ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਦੱਸਿਆ ਕਿ ਕੁਛ ਇੱਕ ਲੋਕਾਂ ਨੇ ਇਨਵੀਟੇਸ਼ਨ ਮੰਗਵਾਈ, ਉਹਨਾਂ ਦੇ ਵੀਜ਼ੇ ਲੱਗੇ ਸੀ, ਉਹਨਾਂ ਨੂੰ ਮਿਲਣ ਲਈ ਆਏ ਹੋਏ ਸੀ। ਆਈ ਟੂ ਇਮੀਗ੍ਰੇਸ਼ਨ ਦੀ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਠਿੰਡਾ, ਜਲੰਧਰ ਅਤੇ ਚੰਡੀਗੜ੍ਹ ਆਫਿਸ ਦੇ ਵਿੱਚ ਜਾ ਸਕਦੇ ਹੋ। 9217-670-670 ਨੰਬਰ 'ਤੇ ਕਾਲ ਕਰ ਸਕਦੇ ਹੋ, 9217-670-670, 9217-670-670 ਨੰਬਰ। ਇਹ ਹਮੇਸ਼ਾ ਯਾਦ ਰੱਖੋ ਜੇਕਰ ਤੁਸੀਂ ਕਿਸੇ ਵੀ ਕੰਟਰੀ ਦੇ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਖਾਸ ਤੌਰ 'ਤੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, 10 ਸਾਲਾ ਮਲਟੀਪਲ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਕੋਈ ਤੁਹਾਡੇ ਕੋਲ ਉੱਥੋਂ ਸਪੋਂਸਰਸ਼ਿਪ ਹੈ ਨਹੀਂ ਗੀ, ਰਾਹਦਾਰੀ ਹੈ ਨਹੀਂ ਗੀ, ਇਨਵੀਟੇਸ਼ਨ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਕੰਪਨੀ ਵੱਲੋਂ, ਤਾਂ ਆਈ ਟੂ ਇਮੀਗ੍ਰੇਸ਼ਨ ਨੂੰ ਸੰਪਰਕ ਕਰ ਸਕਦੇ ਹੋ। ਸੋ ਇਸ਼ਪ੍ਰੀਤ ਜੀ, ਅਪਲਾਈ ਕੌਣ ਕੌਣ ਕਰ ਸਕਦਾ ਕੈਨੇਡਾ ਦੇ 'ਤੇ? ਕੀ ਸਿਰਫ ਕਿਸਾਨ ਵੀ ਨਹੀਂ ਕਰ ਸਕਦੇ ਆ, ਕੋਈ ਬੈਂਕਿੰਗ ਸੈਕਟਰ ਵਾਲੇ ਕਰ ਸਕਦੇ ਆ, ਕੋਈ ਇੰਸ਼ੋਰੈਂਸ ਸੈਕਟਰ ਵਾਲੇ ਕਰ ਸਕਦੇ ਆ, ਕੋਈ ਦੁਕਾਨਦਾਰ ਕਰ ਸਕਦਾ, ਕੌਣ ਅਪਲਾਈ ਕਰ ਸਕਦਾ? ਜਿਵੇਂ ਮਨੀਸ਼ ਜੀ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਆਪਾਂ ਜਿਵੇਂ ਇੱਥੇ ਇੰਡੀਆ ਦੇ ਵਿੱਚ 15 ਅਗਸਤ 26 ਜਨਵਰੀ ਮਨਾਉਂਦੇ ਹਾਂ, ਉਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਸੈਲੀਬ੍ਰੇਸ਼ਨ ਕੀਤਾ ਜਾਂਦਾ। ਬਸ ਉਹਨਾਂ ਦਾ ਥੋੜ੍ਹਾ ਮਨਾਉਣ ਦਾ ਢੰਗ ਜਿਹੜਾ ਹੈ ਉਹ ਜ਼ਿਆਦਾ ਇੰਜੋਏ ਕਰਦੇ ਨੇ, ਉੱਥੇ ਜਿਹੜਾ ਪਲੇਟਫਾਰਮ ਹੈ ਉਹ ਬਹੁਤ ਵੱਡਾ ਹੁੰਦਾ, ਉੱਥੇ ਬੜੀ ਦੁਨੀਆ ਦੂਰੋਂ ਦੂਰੋਂ ਤੋਂ ਲੋਕ ਆਉਂਦੇ ਨੇ। ਕੈਨੇਡਾ ਹਰ ਕੰਟਰੀ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੰਦਾ। ਇਹਦੇ ਵਿੱਚ ਕਲੀਅਰ ਹੈ ਕਿ ਇਹਦੇ ਵਿੱਚ ਸਾਨੂੰ ਕੋਈ ਇੱਕ ਫਿਕਸ ਪ੍ਰੋਫਾਈਲ ਦੀ ਜ਼ਰੂਰਤ ਨਹੀਂ ਹੈਗੀ ਕਿ ਉਹਦੇ ਵਿੱਚ ਇਹੀ ਬੰਦਾ ਜਾ ਸਕਦਾ। ਸੈਲੀਬ੍ਰੇਸ਼ਨ ਹੈ, ਸੈਲੀਬ੍ਰੇਸ਼ਨ ਕਰਨ ਹਰ ਪ੍ਰੋਫਾਈਲ ਦਾ ਬੰਦਾ ਜਾ ਸਕਦਾ, ਬਸ ਉਹਦਾ ਥੋੜ੍ਹਾ ਇਨਕਮ ਜਿਹੜੀ ਹੈ ਇਨਕਮ ਸੋਰਸ ਅੱਛਾ ਹੋਣਾ ਚਾਹੀਦਾ ਸੈਲੀਬ੍ਰੇਟ ਕਰਨ, ਅਗਰ ਉਹ ਜਾਣਾ ਚਾਹੁੰਦਾ ਕੈਨੇਡਾ ਦੇ ਵਿੱਚ। ਜੀ, ਔਰ ਜਿਵੇਂ ਤੁਸੀਂ ਕਹਿ ਰਹੇ ਕਿ ਅਸੀਂ ਇਨਵੀਟੇਸ਼ਨ ਮੰਗਾਉਣ ਵਾਲੀ ਪੰਜਾਬ ਦੀ ਪਹਿਲੀ ਕੰਪਨੀ ਸੀ, ਇਹ ਤੋਂ 4-5 ਸਾਲ ਪਹਿਲਾਂ ਇਨਵੀਟੇਸ਼ਨ ਮੰਗਾਉਣੇ ਸ਼ੁਰੂ ਕਰ ਦਿੱਤੇ, ਉਸ ਤੋਂ ਬਾਅਦ ਮੈਂ ਵੀ ਦੱਸਿਆ ਸੀ ਕਿ ਬਹੁਤ ਸਾਰੀ ਕੰਪਨੀਆਂ ਹੋਰ ਤੁਹਾਡੇ ਨਕਸ਼ੇ ਕਦਮ ਤੋਂ ਚੱਲਦੇ ਹੋਏ ਇਨਵੀਟੇਸ਼ਨ ਮੰਗਾਉਣੀਆਂ ਸ਼ੁਰੂ ਕਰ ਗਿਆ। ਸੋ ਅੱਜ ਲੋਕਾਂ ਦੇ ਕੋਲ ਬਹੁਤ ਸਾਰੇ ਆਪਸ਼ਨਸ ਨੇ, ਮੇਰੇ ਕੋਲ ਇਨਵੀਟੇਸ਼ਨ ਮੰਗਵਾ ਸਕਦੇ ਆ, ਤੁਹਾਡੇ ਕੋਲ ਵੀ ਮੰਗਵਾ ਸਕਦੇ ਆ, ਬੀਸੀ ਬੰਦੇ ਕਿਸੇ ਹੋਰ ਕੋਲ ਵੀ ਮੰਗਵਾ ਸਕਦੇ ਆ।
ਤੇ ਜਿਸ ਕਰਕੇ ਉਹਨਾਂ ਨੂੰ ਹੁਣ ਮਜਬੂਰੀ ਹੋ ਗਈ ਕਿ ਉਹਨਾਂ ਨੂੰ ਇਹ ਤਰੀਕਾ ਅਪਣਾਉਣਾ ਪੈਣਾ ਸੀ ਕਿਉਂਕਿ ਹੁਣ ਡਿਮਾਂਡ ਹਰ ਚੀਜ਼ ਇੱਕ ਸਮੇਂ ਨਾਲ ਤਬਦੀਲੀ ਦੀ ਲੋੜ ਹੁੰਦੀ ਹੈ ਹੁਣ ਤਬਦੀਲੀ ਚਾਹੀਦੀ ਸੀਗੀ ਕੁਛ ਉਹਨਾਂ ਨੂੰ ਵੀਜ਼ਾ ਆਫਿਸਰ ਨੂੰ ਸੰਤੁਸ਼ਟ ਕਰਾਉਣ ਲਈ ਸੈਟਿਸਫਾਈ ਕਰਾਉਣ ਲਈ ਉਹਨਾਂ ਸਾਨੂੰ ਜਿਹੜਾ ਪਿਕਚਰ ਕਲੀਅਰ ਕਰਨੀ ਪੈਣੀ ਸੀਗੀ ਇੱਕ ਨਵਾਂ ਟੈਕਨੀਕ ਯੂਜ਼ ਕਰਨੀ ਪੈਣੀ ਸੀ ਅਤੇ ਉਸੇ ਤਰੀਕੇ ਨਾਲ ਹੁਣ ਉਹ ਵੀ ਉਸੇ ਮਗਰ ਹੁਣ ਉਹਨਾਂ ਨੇ ਵੀ ਸ਼ੁਰੂ ਕਰਤਾ ਹੈਗਾ ਬਸ ਮੈਂ ਇੰਨਾ ਕਹਿਣਾ ਚਾਹੂੰਗਾ ਕਿ ਦੇਖੋ ਮੈਨੂੰ ਕੋਈ ਨਹੀਂ ਇਤਰਾਜ਼ ਹੈਗਾ ਜਿੱਥੋਂ ਕਲਾਇੰਟ ਚਾਹੁਣ ਉੱਥੋਂ ਅਪਲਾਈ ਕਰ ਸਕਦੇ ਨੇ ਬਟ ਅਗਰ ਸਮਝਦਾਰ ਹੈਗੇ ਤੁਸੀਂ ਅਗਰ ਆਪਾਂ ਗੱਲ ਕਰੀਏ ਇੱਕ ਕੰਪਨੀ ਨੂੰ ਕਿੰਨੇ ਸਾਲ ਹੋ ਗਏ ਨੇ ਉਸ ਚੀਜ਼ 'ਤੇ ਵਰਕ ਕਰ ਰਹੇ ਨੇ ਕਿੰਨੀ ਦੇਰ ਆਪਾਂ ਸਟੱਡੀ ਕਰਕੇ ਉਸ ਤੋਂ ਬਾਅਦ ਕਿੰਨੀ ਮੁਸ਼ਕਲਾਂ ਨਾਲ ਟਾਈ ਅਪ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਸਾਨੂੰ ਇੰਨੇ ਸਾਲ ਇੱਕ ਤਾਂ ਐਕਸਪੀਰੀਅੰਸ ਹੋ ਗਿਆ ਅਤੇ ਤਾਂ ਜਾ ਕੇ ਅੱਜ ਸਾਡੀ ਇੰਨੀ ਸਕਸੈਸ ਰੇਟ ਵਧੀ ਹੈ ਜੇ ਆਪਾਂ ਹੁਣ ਅਗਰ ਇੰਨੇ ਸਾਡੇ ਵੀਜ਼ੇ ਆ ਰਹੇ ਨੇ ਉਹਦੇ ਪਿੱਛੇ ਸਾਡੇ ਕਈ ਸਾਲਾਂ ਦੀ ਇੱਕ ਤਪੱਸਿਆ ਇੱਕ ਮਿਹਨਤ ਹੈ ਅਤੇ ਤਾਂ ਜਾ ਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਹੁਣ ਲੇਕਿਨ ਜਿਹੜੇ ਆ ਨਵੇਂ ਆ ਕੇ ਹੁਣ ਇਹ ਕਰਨਾ ਸ਼ੁਰੂ ਕਰ ਗਏ ਨੇ ਬੇਸ਼ੱਕ ਉਹਨਾਂ ਕੋਲ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਤੁਸੀਂ ਇਹ ਜ਼ਰੂਰ ਦੇਖਣਾ ਕਿ ਉਹ ਜਿਹੜਾ ਇਨਵੀਟੇਸ਼ਨ ਕਿਉਂਕਿ ਸਾਡੇ ਕੋਲ ਜਿਹੜੇ ਕਲਾਇੰਟ ਆ ਰਹੇ ਨੇ ਕਾਫੀ ਗੱਲਾਂ ਜੋ ਸਾਨੂੰ ਸਾਹਮਣੇ ਆ ਰਹੀਆਂ ਨੇ ਉਹ ਇਨਵੀਟੇਸ਼ਨ ਉਹਨਾਂ ਕੋਲ ਹੈ ਨਹੀਂ ਉਹ ਸਿਰਫ ਔਰ ਸਿਰਫ ਕੀ ਕਰ ਰਹੇ ਕਵਰਿੰਗ ਲੈਟਰ ਦੇ ਵਿੱਚ ਮੈਂਸ਼ਨ ਕਰ ਦਿੰਦੇ ਨੇ ਕਿ ਤੁਸੀਂ ਕੈਨੇਡਾ ਡੇ ਜਾਣਾ ਜਾਂ ਇੱਕ ਝੂਠ ਬੋਲ ਦਿੰਦੇ ਨੇ ਕਿ ਤੁਸੀਂ ਅੰਬੈਸੀ 'ਚ ਤੁਹਾਡਾ ਇਨਵੀਟੇਸ਼ਨ ਪਹੁੰਚ ਗਿਆ ਫਾਈਲ 'ਚ ਲਗਾਉਣ ਦੀ ਇਹਦੀ ਜ਼ਰੂਰਤ ਨਹੀਂ ਹੈਗੀ ਅਤੇ ਉਹ ਬਸ ਇਸ ਤਰ੍ਹਾਂ ਗੁੰਮਰਾਹ ਕਰਕੇ ਫਾਈਲ ਲਗਾ ਲੈਂਦੇ ਨੇ ਮੈਂ ਕਹੂੰਗਾ ਤੁਸੀਂ ਇੱਕ ਤਜੁਰਬਾਦਾਰ ਬੰਦੇ ਕੋਲ ਜਾਓ ਮੇਰੀ ਆਪਣੀ ਐਡਵਾਈਸ ਹੈ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਇੱਕ ਤਜੁਰਬਾ ਦੇਖੋ ਐਕਸਪੀਰੀਅੰਸ ਦੇਖੋ ਉਸ ਤੋਂ ਬਾਅਦ ਦੇਖੋ ਉਹਨਾਂ ਦੀ ਸਕਸੈਸ ਰੇਟ ਕੀ ਹੈ ਫਿਰ ਤੁਸੀਂ ਸੋਚੋ ਕਿ ਕਿਸ ਕੰਪਨੀ ਦੇ ਵਿੱਚ ਤੁਸੀਂ ਅਪਲਾਈ ਕਰਨਾ ਜੀ ਸੋ ਇਸ਼ਪ੍ਰੀਤ ਜੀ ਇੱਕ ਆਖਰੀ ਸਵਾਲ ਪੁੱਛਣਾ ਚਾਹਾਂਗੇ ਤੁਸੀਂ ਕਹਿ ਤਾ ਕਿ ਇੱਕ ਤਰੀਕ ਨੂੰ ਜਿਹੜਾ ਉਹ 1 ਜੁਲਾਈ ਨੂੰ ਮਨਾਇਆ ਜਾ ਰਿਹਾ ਕੈਨੇਡਾ ਡੇ ਜੀ ਭਾਰਤ ਦੀ ਗੱਲ ਕਰ ਲਈਏ 15 ਅਗਸਤ 26 ਜਨਵਰੀ ਮਨਾਉਣ ਲਈ ਤੁਸੀਂ ਕਹੋਗੇ ਇੱਥੋਂ ਪੰਜਾਬ ਤੋਂ ਜਾਂ ਹਿੰਦੁਸਤਾਨ ਦੇ ਸਾਰੇ ਕੋਨਿਆਂ ਤੋਂ ਲੋਕ ਬਹੁਤ ਜਾਂਦੇ ਨੇ ਆਪਣੇ ਲਾਗਲੇ ਜਿਹੜੇ ਸਟੇਡੀਅਮਸ ਹੁੰਦੇ ਨੇ ਉੱਥੇ ਇਹ ਤਿਉਹਾਰ ਮਨਾਏ ਜਾਂਦੇ ਨੇ ਇਹ ਦਿਹਾੜੇ ਮਨਾਏ ਜਾਂਦੇ ਨੇ ਹਾਂਜੀ ਸੋ ਇਹਨਾਂ ਨੂੰ ਵੇਖਣ ਲਈ ਹਰ ਇੱਕ ਬੱਚਾ ਵੀ ਜਾਂਦਾ ਹੈ ਇੱਕ ਬਜ਼ੁਰਗ ਵੀ ਜਾਂਦਾ ਇੱਕ ਮੱਧ ਵਰਗ ਦਾ ਮੀਡੀਅਮ ਏਜ ਬੰਦਾ ਵੀ ਜਾਂਦਾ ਹੈ ਜੀ ਪਰ ਕੈਨੇਡਾ ਦੀ ਗੱਲ ਕਰ ਲਈਏ ਕੈਨੇਡਾ ਜਿਹੜਾ 1 ਜੁਲਾਈ ਨੂੰ ਕੈਨੇਡਾ ਡੇ ਮਨਾਇਆ ਜਾ ਰਿਹਾ ਕਿ ਇਹਦੇ ਵਿੱਚ ਕੋਈ ਉਮਰ ਹੱਦ ਹੈਗੀ ਕੋਈ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ ਜੇ ਦਿਹਾੜੇ ਨੂੰ ਮਨਾਉਣ ਦੀ ਗੱਲ ਕਰੀਏ ਤਾਂ ਫਿਰ ਉਸਦੇ ਵਿੱਚ ਤਾਂ ਕੋਈ ਏਜ ਗੈਪ ਜਾਂ ਏਜ ਬੈਨਰ ਨਹੀਂ ਹੋਣਾ ਚਾਹੀਦਾ ਪਰ ਬਹੁਤ ਸਾਰੇ ਏਜੰਟ ਕਹਿੰਦੇ ਨੇ ਕਿ 20-22 ਸਾਲ 25 ਸਾਲ ਵਾਲੇ ਜਿਹੜੇ ਐਪਲੀਕੈਂਟਸ ਨੇ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ ਕਿਉਂਕਿ ਉਹਦੀ ਉਮਰ ਛੋਟੀ ਆ ਸੋ ਜੇ ਉਹ ਵੀ ਵੇਖਣਾ ਜਾਣਾ ਚਾਹੁੰਦੇ ਹੋਣ ਕੈਨੇਡਾ ਡੇ ਉੱਥੇ ਗੇਮਸ ਖੇਡਣਾ ਚਾਹੁੰਦੇ ਹੋਣ ਪੰਜਾਬੀ ਸਿੰਗਰ ਜਿਹੜੇ ਜਾ ਰਹੇ ਨੇ ਉਹਨਾਂ ਦਾ ਆਨੰਦ ਮਾਨਣਾ ਚਾਹੁੰਦੇ ਹੋਣ ਕਿ ਉਹ ਛੋਟੀ ਉਮਰ ਵਾਲੇ ਨਹੀਂ ਜਾ ਸਕਦੇ ਦੇਖੋ ਮਨੀਸ਼ ਜੀ ਮੈਂ ਸਿਰਫ ਇੰਨਾ ਕਹੂੰਗਾ ਕਿ ਤੁਸੀਂ ਸਾਡੇ ਜਿਹੜਾ ਪਿਛਲੇ ਸਾਲ ਜੋ ਕੈਨੇਡਾ ਡੇ 'ਤੇ ਅਸੀਂ ਅਚੀਵਮੈਂਟਸ ਲਿੱਤੀਆਂ ਵੀਜ਼ੇ ਲਿੱਤੇ ਨੇ ਉਹਦੇ ਵਿੱਚ ਹਰ ਕੈਟਾਗਰੀ ਦੇ ਲੋਕ ਨੇ ਹਰ ਏਜ ਦੇ ਲੋਕ ਨੇ ਤੁਸੀਂ ਸਾਡੇ ਪੇਜ 'ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਏਜ ਮੈਟਰ ਕਰਦੀ ਨਹੀਂ ਕਿਉਂਕਿ ਜਦੋਂ ਸਿੱਧਾ ਸਿੱਧਾ ਸਾਡਾ ਆ ਜਾਂਦਾ ਕਿ ਅਸੀਂ ਉੱਥੇ ਕੈਨੇਡਾ ਡੇ ਸੈਲੀਬ੍ਰੇਸ਼ਨ ਕਰਨ ਜਾ ਰਹੇ ਹਾਂ ਅਤੇ ਉਹਦੇ ਵਿੱਚ ਏਜ ਮੈਟਰ ਕਰਨ ਦੀ ਗੁੰਜਾਇਸ਼ ਨਹੀਂ ਰਹਿੰਦੀ ਅਗਰ ਬੱਚਾ ਪੜ੍ਹ ਰਿਹਾ ਉਹਨੂੰ ਛੁੱਟੀਆਂ ਹੈ ਸਕੂਲ ਦੀਆਂ ਅਤੇ ਆਪਣੇ ਪੇਰੈਂਟਸ ਦੇ ਨਾਲ ਜਾ ਸਕਦਾ ਅਗਰ ਥੋੜ੍ਹਾ ਯੰਗ ਹੈ ਉਸ ਜੋਬ ਕਰਦਾ ਅਤੇ ਤਾਂ ਵੀ ਪੇਰੈਂਟ ਉਹਨੂੰ ਸਪੋਰਟ ਕਰ ਸਕਦੇ ਨੇ ਉਹ ਉੱਥੇ ਜਾ ਸਕਦਾ ਇਹਦੇ ਵਿੱਚ ਏਜ ਬਿਲਕੁਲ ਮੈਟਰ ਨਹੀਂ ਕਰਦੀ ਇਸ ਕੇਸ ਜੀ ਸੋ ਏਜ ਮੈਟਰ ਨਹੀਂ ਕਰਦੀ ਤੁਹਾਡੀ ਕਿੰਨੀ ਵੀ ਉਮਰ ਹੈ 20 ਸਾਲ 22 ਸਾਲ 25 ਸਾਲ 30 ਸਾਲ 50 ਸਾਲ 55 ਸਾਲ ਤੁਸੀਂ ਕੈਨੇਡਾ ਡੇ ਵੇਖਣ ਜਾਣਾ ਚਾਹੁੰਦੇ ਹੋ 1 ਜੁਲਾਈ ਨੂੰ ਜਿਹੜਾ ਕੈਨੇਡਾ ਡੇ ਮਨਾਇਆ ਜਾ ਰਿਹਾ ਹੁਣ ਤੋਂ ਹੀ ਤੁਸੀਂ ਇਨਵੀਟੇਸ਼ਨ ਪਾਸ ਮੰਗਵਾ ਸਕਦੇ ਹੋ ਔਰ ਇਹ ਦੇਖ ਲਓ ਕਿ ਤੁਹਾਡਾ ਕੰਸਲਟੈਂਟ ਜੈਨੂਅਨ ਹੈ ਕਿ ਜਿਹੜਾ ਪਾਸ ਆ ਰਿਹਾ ਤੁਹਾਨੂੰ ਜੈਨੂਅਨ ਨਹੀਂ ਮਿਲ ਰਿਹਾ ਕਿਤੇ ਇਹ ਤਾਂ ਨਹੀਂ ਕਿਹਾ ਜਾ ਰਿਹਾ ਕਿ ਤੁਹਾਡੇ ਕਵਰਿੰਗ ਲੈਟਰ ਦੇ ਵਿੱਚ ਲਿਖ ਦਿੱਤਾ ਕਿ ਤੁਹਾਡਾ ਪਾਸ ਆ ਗਿਆ ਜਾਂ ਸਿੱਧਾ ਹਾਈ ਕਮਿਸ਼ਨ ਨੂੰ ਅੰਬੈਸੀ ਨੂੰ ਤੁਹਾਡਾ ਪਾਸ ਭੇਜ ਦਿੱਤਾ ਗਿਆ ਸਿਰਫ ਤੁਹਾਡੀ ਨੂੰ ਫਾਈਲ ਪੁੱਟ ਅਪ ਕਰਨੀ ਹੈ ਜੇ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਤਾਂ ਗੁਰੇਜ਼ ਕਰੋ ਉਸ ਕੰਸਲਟੈਂਟ ਦੇ ਕੋਲੋਂ ਤੁਹਾਨੂੰ ਲੱਗੇ ਕਿ ਇਹੋ ਜਿਹਾ ਕੁਛ ਹੋ ਰਿਹਾ ਦੈਟ ਮੀਨਸ ਤੁਹਾਡੇ ਨਾਲ ਕਿਤੇ ਨਾ ਕਿਸੇ ਏਜੰਟ ਜਿਹੜਾ ਧੋਖਾ ਕਰ ਰਿਹਾ ਠੱਗੀ ਕਰ ਰਿਹਾ ਆਪਣਾ ਇਨਵੀਟੇਸ਼ਨ ਪਾਸ ਦੀ ਜਿਹਦੀ ਤੁਸੀਂ ਫੀਸ ਦਿੱਤੀ ਹੈ ਇਨਵੀਟੇਸ਼ਨ ਪਾਸ ਤਾਂ ਕਿ ਜਿਸ ਵੀ ਕੰਮ ਦੀ ਤੁਸੀਂ ਫੀਸ ਦਿੱਤੀ ਹੈ ਤੁਸੀਂ ਹੱਕਦਾਰ ਉਸ ਚੀਜ਼ ਨੂੰ ਵੇਖਣ 'ਤੇ ਆਪਣਾ ਇਨਵੀਟੇਸ਼ਨ ਪਾਸ ਮੰਗੋ ਇਨਵੀਟੇਸ਼ਨ ਪਾਸ ਮੰਗੋ ਔਰ ਦੇਖੋ ਕਿ ਤੁਹਾਡਾ ਉਹ ਇਨਵੀਟੇਸ਼ਨ ਪਾਸ ਤੁਹਾਡੀ ਫਾਈਲ ਦੇ ਵਿੱਚ ਲੱਗ ਰਿਹਾ ਸੋ I2 ਇਮੀਗ੍ਰੇਸ਼ਨ ਕੋਲ ਆਉਂਦੇ ਹੋ ਤਾਂ ਐਟਲੀਸਟ ਤੁਹਾਨੂੰ ਇਨਵੀਟੇਸ਼ਨ ਪਾਸ ਤਾਂ ਵਿਖਾਇਆ ਜਾਂਦਾ ਤੁਹਾਡੀ ਫਾਈਲ ਦੇ ਵਿੱਚ ਪਾਸ ਤਾਂ ਲਾਇਆ ਜਾਂਦਾ ਜੇ ਪਾਸ ਲਾਇਆ ਜਾਂਦਾ ਦੈਟ ਮੀਨਸ ਉਹ ਪਾਸ ਜੈਨੂਅਨ ਹੋਏਗਾ 9217-670 ਨੰਬਰ 'ਤੇ ਕਾਲ ਕਰ ਸਕਦੇ ਹੋ ਬਠਿੰਡਾ ਆਫਿਸ ਜਲੰਧਰ ਆਫਿਸ ਚੰਡੀਗੜ੍ਹ ਆਫਿਸ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਕੈਨੇਡਾ ਡੇ 'ਤੇ ਕੈਨੇਡਾ ਦਾ 10 ਸਾਲਾ ਮਲਟੀਪਲ ਵੀਜ਼ਾ ਜਾਂ ਟੂਰਿਸਟ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਇਸ ਤੋਂ ਇਲਾਵਾ ਤੁਹਾਡੇ ਬੱਚੇ ਅਗਰ ਕੈਨੇਡਾ 'ਚ ਪੜ੍ਹਦੇ ਤੁਸੀਂ ਉਹਨਾਂ ਨੂੰ ਮਿਲਣ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਕੋਲ ਆ ਕੇ ਇਹਨਾਂ ਦੀ ਸਰਵਿਸ ਲੈ ਸਕਦੇ ਹੋ ਫਿਲਹਾਲ ਇਸ਼ਪ੍ਰੀਤ ਸਿੰਘ ਜੀ ਪਾਸੇ ਉਹ ਜਲ ਚਾਹਾਂ ਕੁਛ ਇੱਕ ਐਪਲੀਕੈਂਟਸ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਕੈਨੇਡਾ ਡੇ ਨੂੰ ਲੈ ਕੇ ਫਾਈਲਸ ਅਪਲਾਈ ਕੀਤੀਆਂ ਸੀ ਔਰ ਵੀਜ਼ੇ ਵੀ ਹਾਸਲ ਕਰ ਚੁੱਕੇ ਨੇ ਕੁਛ ਇੱਕ ਬੱਚੇ ਕੁਛ ਇੱਕ ਐਪਲੀਕੈਂਟਸ ਜਿਨ੍ਹਾਂ ਨੇ ਕਿਸਾਨ ਮੇਲੇ 'ਤੇ ਅਪਲਾਈ ਕੀਤਾ ਸੀ ਉਹਨਾਂ ਨੂੰ ਵੀਜ਼ੇ ਮਿਲ ਚੁੱਕੇ ਸੋ ਹਰ ਇੱਕ ਇਨਵੀਟੇਸ਼ਨ ਦੇ ਆਧਾਰ 'ਤੇ ਵੀਜ਼ਾ ਕਰਵਾਉਂਦੇ ਨੇ ਔਰ ਵੀਜ਼ੇ ਸਕਸੈਸ ਵੀ ਕਰਵਾਉਂਦੇ ਨੇ 9217-670
ਜੇ ਕਿ 2-3 ਵਾਰ ਮੇਰਾ ਵੀਜ਼ਾ ਰਿਫਿਊਜ਼ ਹੋ ਚੁੱਕਾ ਸੀ ਉਸ ਦੇ ਰਿਫਿਊਜ਼ ਹੋਣ ਤੋਂ ਬਾਵਜੂਦ ਵੀ ਇੰਡੀਆ ਟੂ ਅਬਰੋਡ ਵਾਲਿਆਂ ਨੇ ਇਨਵੀਟੇਸ਼ਨ ਦੇ ਆਧਾਰ 'ਤੇ ਸਾਨੂੰ ਇਹ ਵੀਜ਼ਾ ਲੈ ਕੇ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਇੰਡੀਆ ਟੂ ਅਬਰੋਡ ਜਿਨ੍ਹਾਂ ਨੇ ਕਿ ਮੇਰਾ ਇੱਕ ਰਿਫਿਊਜ਼ਲ ਹੋਣ ਦੇ ਬਾਵਜੂਦ ਵੀ ਮੇਰਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ ਥੈਂਕ ਯੂ ਸੋ ਮੱਚ ਧੰਨਵਾਦ ਕਰਦਾ ਮੈਂ ਇੰਡੀਆ ਟੂ ਅਬਰੋਡ ਦਾ ਜਿਨ੍ਹਾਂ ਨੇ ਮੈਨੂੰ ਵੀਜ਼ਾ ਲੈ ਕੇ ਦਿੱਤਾ ਮੇਰਾ 2 ਵਾਰੀ ਰਿਫਿਊਜ਼ ਵੀਜ਼ਾ ਹੋ ਚੁੱਕਾ ਸੀ ਅਤੇ ਮੈਨੂੰ ਕੋਈ ਉਮੀਦ ਨਹੀਂ ਸੀ ਜਿਨ੍ਹਾਂ ਨੇ ਮੈਨੂੰ ਵੀਜ਼ਾ ਲੈ ਕੇ ਦਿੱਤਾ ਮੈਂ ਬਹੁਤ ਹੀ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ ਆਈ ਐਮ ਅਨਡਲ ਆਈ ਐਮ ਫਰੋਮ ਮੋਗਾ ਆਈ ਐਮ ਥੈਂਕਫੁਲ ਟੂ ਇੰਡੀਆ ਟੂ ਅਬਰੋਡ ਫੋਰ ਗ੍ਰਾਂਟਿੰਗ ਮਾਈ ਕੈਨੇਡਾ ਵੀਜ਼ਾ I am Ashreef Dhal. I am thankful to India to Abroad for granting my visitor visa. Thank you to India to Abroad ਜਿਨ੍ਹਾਂ ਨੇ ਮੇਰਾ ਕੈਨੇਡਾ ਦਾ ਵੀਜ਼ਾ ਲਵਾ ਕੇ ਦਿੱਤਾ ਪਹਿਲਾਂ 2 ਰਿਫਿਊਜ਼ਲ ਸੀ ਜੇ ਕੋਈ ਵੀ ਕੈਨੇਡਾ ਦਾ ਜਾ ਚਾਹਵਾਨ ਆ ਜਾਣ ਵਾਲਾ ਤਾਂ ਉਹ ਇੱਕ ਵਾਰ ਵਿਜ਼ਿਟ ਜ਼ਰੂਰ ਕਰੇ ਇੰਡੀਆ ਟੂ ਅਬਰੋਡ ਆਫਿਸ 'ਚ ਥੈਂਕਸ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਮੈਂ ਬਹੁਤ ਖੁਸ਼ ਹਾਂ ਮੇਰਾ ਵੀਜ਼ਾ ਇੱਕ ਵਾਰ ਰਿਫਿਊਜ਼ ਹੋਣ ਤੋਂ ਬਾਅਦ ਦੁਬਾਰਾ ਲਵਾ ਕੇ ਦਿੱਤਾ ਟੋਟਲ 10 ਦਿਨ ਵਿੱਚ ਹੀ ਮੈਂ ਦੁਬਾਰਾ ਅਪਲਾਈ ਕੀਤਾ ਸੀ ਤੋ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਟਾਫ ਹੈ ਮੈਂ ਰਮਨਦੀਪ ਸਿੰਘ ਸਰਦੂਲਗੜ੍ਹ ਤੋਂ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦਾਂਗਾ ਮੈਂ ਇੰਡੀਆ ਟੂ ਅਬਰੋਡ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਜਿਨ੍ਹਾਂ ਨੇ ਮੈਨੂੰ ਕੈਨੇਡਾ ਦਾ ਵੀਜ਼ਾ ਲੈ ਕੇ ਦਿੱਤਾ ਗਾ ਮੈਂ ਤੁਹਾਨੂੰ ਵੀ ਇਹੀ ਸੁਜੈਸ਼ਨ ਕਰਾਂਗਾ ਕਿ ਤੁਸੀਂ ਵੀ ਇੱਕ ਵਾਰ ਇੰਡੀਆ ਟੂ ਅਬਰੋਡ ਆਓ ਔਰ ਆਪਣਾ ਕੈਨੇਡਾ ਦਾ ਵੀਜ਼ਾ ਪਾਓ ਆਈ ਐਮ ਸਾਈਤਾ ਢਲ ਆਈ ਐਮ ਫਰੋਮ ਪੰਜਾਬ ਐਂਡ ਸਿੰਧ ਬੈਂਕ ਮੋਗਾ ਬ੍ਰਾਂਚ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਇੰਡੀਆ ਟੂ ਅਬਰੋਡ ਫੋਰ ਗ੍ਰਾਂਟਿੰਗ ਅਸ ਵਿਜ਼ਿਟਰ ਵੀਜ਼ਾ ਥੈਂਕਸ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਸਰਵਿਸਿਜ਼ ਫੋਰ ਗ੍ਰਾਂਟਿੰਗ ਅਸ ਦਿਸ ਵੀਜ਼ਾ ਇਫ ਅਗਰ ਤੁਸੀਂ ਵੀ ਚਾਹੁੰਦੇ ਹੋ ਵੀਜ਼ਾ ਅਪਲਾਈ ਕਰਨਾ ਤਾਂ ਪਲੀਜ਼ ਜ਼ਰੂਰ ਜਾਓ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਸਰਵਿਸਿਜ਼ ਥੈਂਕਸ ਇੰਡੀਆ ਟੂ ਅਬਰੋਡ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇੰਡੀਆ ਟੂ ਅਬਰੋਡ ਤੋਂ ਆਪਣੀ ਫਾਈਲ ਲਗਾਈ ਸੀ ਅਤੇ ਜਿਹੜਾ 21 ਦਿਨ 'ਚ ਮੇਰਾ ਵੀਜ਼ਾ ਆ ਗਿਆ ਅਤੇ ਮੈਂ ਚਾਹੁੰਦਾ ਕਿ ਜੋ ਮੇਰੇ ਰਿਲੇਟਿਵ ਜੋ ਨੋਨ ਮੇਰੇ ਫਰੈਂਡਸ ਨੇ ਜਿਨ੍ਹਾਂ ਨੂੰ ਮੈਂ ਦੱਸਾਂਗਾ ਅਤੇ ਮੈਂ ਇਹੀ ਚਾਹੁੰਦਾ ਕਿ ਉਹ ਆ ਕੇ ਇੰਡੀਆ ਟੂ ਅਬਰੋਡ ਨੂੰ ਮਿਲਣ ਅਤੇ ਆਪਣੀ ਇਨਵੀਟੇਸ਼ਨ ਦੇ ਆਧਾਰ 'ਤੇ ਮੰਗਵਾਉਂਦੇ ਵੀਜ਼ਾ ਲਗਵਾਉਂਦੇ ਨੇ ਅਤੇ ਸਾਡਾ ਇਹੀ ਚਾਹਣਾ ਕਿ ਹਰ ਇੱਕ ਬੰਦਾ ਇੱਥੇ ਆਵੇ ਆ ਕੇ ਆਪਣਾ ਸੁਪਨਾ ਪੂਰਾ ਕਰੇ ਮੈਂ ਰਾਜਵਿੰਦਰ ਕੌਰ ਕਪੂਰਥਲਾ ਤੋਂ ਜੇ ਕਿ 2-3 ਵਾਰ ਮੇਰਾ ਵੀਜ਼ਾ ਰਿਫਿਊਜ਼ ਹੋ ਚੁੱਕਾ ਸੀ ਉਸ ਦੇ ਰਿਫਿਊਜ਼ ਹੋਣ ਤੋਂ ਬਾਵਜੂਦ ਵੀ ਇੰਡੀਆ ਟੂ ਅਬਰੋਡ ਵਾਲਿਆਂ ਨੇ ਇਨਵੀਟੇਸ਼ਨ ਦੇ ਆਧਾਰ 'ਤੇ ਸਾਨੂੰ ਇਹ ਵੀਜ਼ਾ ਲੈ ਕੇ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਇੰਡੀਆ ਟੂ ਅਬਰੋਡ ਜਿਨ੍ਹਾਂ ਨੇ ਕਿ ਮੇਰਾ ਇੱਕ ਰਿਫਿਊਜ਼ਲ ਹੋਣ ਦੇ ਬਾਵਜੂਦ ਵੀ ਮੇਰਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ ਥੈਂਕ ਯੂ ਸੋ ਮੱਚ ਧੰਨਵਾਦ ਕਰਦਾ ਮੈਂ ਇੰਡੀਆ ਟੂ ਅਬਰੋਡ ਦਾ ਜਿਨ੍ਹਾਂ ਨੇ ਮੈਨੂੰ ਵੀਜ਼ਾ ਲੈ ਕੇ ਦਿੱਤਾ ਮੇਰਾ 2 ਵਾਰੀ ਰਿਫਿਊਜ਼ ਵੀਜ਼ਾ ਹੋ ਚੁੱਕਾ ਸੀ ਅਤੇ ਮੈਨੂੰ ਕੋਈ ਉਮੀਦ ਨਹੀਂ ਸੀ ਜਿਨ੍ਹਾਂ ਨੇ ਮੈਨੂੰ ਵੀਜ਼ਾ ਲੈ ਕੇ ਦਿੱਤਾ ਮੈਂ ਬਹੁਤ ਹੀ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ